1984 ਦੇ ਸਿੱਖ ਵਿਰੋਧੀ ਦੰਗੇ ਜੋ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਨਾਲ ਹੋਰ ਜਗ੍ਹਾਵਾਂ ਵਿੱਚ ਵੀ ਹੋਏ ਉਹਨਾਂ ਦੀਆਂ ਦਰਦ ਭਰੀਆਂ ਕਹਾਣੀਆਂ ਇਤਿਹਾਸ ਦੇ ਪੰਨਿਆਂ ਦਾ ਅੰਗ ਬਣ ਚੁੱਕੀਆਂ ਨੇ ਪੀੜਤ ਪਰਿਵਾਰਾਂ ਦੇ ਨਾਲ ਨਾਲ ਪੂਰੀ ਸਿੱਖੀ ਕੌਮ ਦੇ ਦਿਲਾਂ ਨੂੰ ਦਹਿਲਾ ਦੇਣ ਵਾਲੇ ਇਹ ਹਮਲਿਆਂ ਨੂੰ ਯਾਦ ਕਰਕੇ ਅੱਜ ਵੀ ਲੋਕਾਂ ਦੀ ਰੂਹ ਕੰਬ ਜਾਂਦੀ ਹੈ ਇਹੋ ਜਿਹੀਆਂ ਹੀ ਕਹਾਣੀਆਂ ਵਿੱਚ ਸ਼ਾਮਿਲ ਹੈ ਫਿਲਮ ਅਦਾਕਾਰ ਅੰਗਦ ਬੇਦੀ ਦੀ ਕਹਾਣੀ ਹਾਲ ਹੀ ਵਿੱਚ ਉਹਨਾਂ ਨੇ 84 ਦੇ ਦੰਗਿਆਂ ਦੇ ਦੌਰਾਨ ਆਪਣੀ ਅਤੇ ਆਪਣੇ ਪਰਿਵਾਰ ਦੀ ਆਪ ਬੀਤੀ ਸਾਂਝੀ ਕੀਤੀ ਇੱਕ ਇੰਟਰਵਿਊ ਦੇ ਦੌਰਾਨ ਅੰਗਦ ਨੇ ਆਪਣੇ ਪਿਤਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਨਾਲ 1984 ਦੇ ਦੰਗਿਆਂ ਦੇ ਦੌਰਾਨ ਦੀਆਂ ਮੁਸ਼ਕਿਲਾਂ ਦੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਅੰਗਦ ਨੇ ਕਿਹਾ ਸਾਡੇ ਕੋਲ ਰਹਿਣ ਲਈ ਘਰ ਨਹੀਂ ਸੀ ਅਸੀਂ ਆਪਣੇ ਦੋਸਤਾਂ ਦੇ ਘਰਾਂ ਤੇ ਗੈਸਟ ਹਾਊਸ ਵਿੱਚ ਰਹਿੰਦੇ ਸੀ ਮੈਂ ਸਪੋਰਟਸ ਵਿੱਚ ਬਹੁਤ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕੀਤਾ ਕਿਉਂਕਿ ਮੈਂ ਸਾਬਕਾ ਭਾਰਤੀ ਕ੍ਰਿਕਟਰ ਕਪਤਾਨ ਦਾ ਮੁੰਡਾ ਸੀ ਮੇਰੀ ਸਮੀਖਿਆ ਕੀਤੀ ਜਾਂਦੀ ਸੀ ਮੈਨੂੰ ਪਤਾ ਹੈ ਕਿ ਮੇਰੇ ਪਿਤਾ ਜੀ ਤੇ ਕੀ ਬੀਤ ਰਹੀ ਸੀ ਇਹ ਆਸਾਨ ਨਹੀਂ ਸੀ ਇੱਥੇ ਤੱਕ ਕਿ ਜਦ ਲੋੜ ਪਵੇ ਤਾਂ ਸਾਨੂੰ ਦਿੱਲੀ ਤੇ ਦੇਸ਼ ਤੱਕ ਛੱਡਣ ਲਈ ਕਿਹਾ ਗਿਆ ਸੀ ਇਹ ਸਭ ਖੁੱਲ੍ਹੇ 'ਚ ਕੀਤਾ ਗਿਆ ਹੈ ਇੱਕ ਸਮਾਂ ਸੀ ਜਦੋਂ ਅਸੀਂ ਪਿਤਾ ਜੀ ਦੇ ਦਫ਼ਤਰ ਵਿੱਚ ਸੌਂਦੇ ਸੀ ਅੰਗਦ ਨੇ ਦੱਸਿਆ ਕਿ 84 ਦੇ ਦੰਗਿਆਂ ਦੇ ਕਰੀਬ ਉਹ ਆਪਣੇ ਪਰਿਵਾਰ ਸਮੇਤ ਦਿੱਲੀ ਦੇ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿੰਦੇ ਸੀ ਤੇ ਉਹਨਾਂ ਦੇ ਮੁਤਾਬਿਕ ਉਹ ਸਮਾਂ ਰਾਜੀਵ ਗਾਂਧੀ ਦੀ ਹੱਤਿਆ ਦੇ ਆਸ ਪਾਸ ਦਾ ਸੀ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਫੇਰ ਤੋਂ ਨਿਸ਼ਾਨਾ ਬਣਾਇਆ ਗਿਆ ਅਤੇ ਉਹਨਾਂ ਦੇ ਪਰਿਵਾਰ ਵੀ ਖਤਰੇ ਵਿੱਚ ਸੀ ਪਰ ਉਹਨਾਂ ਦੇ ਪਿਤਾ ਜੀ ਨੇ ਕਿਹਾ ਕਿ ਅਸੀਂ ਭਾਰਤੀਏ ਪੈਦਾ ਹੋਏ ਹਾਂ ਤੇ ਅਸੀਂ ਇੱਥੇ ਰਹਿ ਰਹੇ ਹਾਂ ਜੇ ਉਹ ਆਉਣਾ ਚਾਹੁੰਦੇ ਹਨ ਤੇ ਸਾਨੂੰ ਮਾਰਨਾ ਚਾਹੁੰਦੇ ਹਨ ਤੇ ਉਹ ਸਾਨੂੰ ਮਾਰ ਸਕਦੇ ਹਨ ਅੰਗਦ ਦਾ ਮੰਨਣਾ ਹੈ ਕਿ ਉਹਨਾਂ ਦੇ ਪਿਤਾ ਜੀ ਬਹੁਤ ਇਮਾਨਦਾਰ ਆਦਮੀ ਰਹੇ ਹਨ ਅੰਗਦ ਨੇ ਹਾਲਾਂਕਿ ਇਹ ਵੀ ਕਿਹਾ ਕਿ ਉਹ ਆਪਣੇ ਜਾਂ ਆਪਣੇ ਪਰਿਵਾਰ ਦੇ ਸੰਘਰਸ਼ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਸਿਰਫ ਕੰਮ ਅਤੇ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਕਹਿੰਦੇ ਨੇ ਕਿ ਉਹ ਵਿਚਾਰਾ ਬਣ ਕੇ ਨਹੀਂ ਜੀਣਾ ਚਾਹੁੰਦੇ ਤੇ ਲੋਕੀ ਉਹਨਾਂ ਦੀ ਸ਼ਖਸੀਅਤ ਦੀ ਪਹਿਚਾਣ ਉਹਨਾਂ ਦੇ ਕੰਮ ਨਾਲ ਕਰਨ।